ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਅੱਜ 3 ਮਈ ਦੁਪਹਿਰ ਤੋਂ ਸ਼ਾਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ, ਲਗਭਗ 12 ਵਜੇ ਤੋਂ ਲੈ ਕੇ ਅੱਜ ਸ਼ਾਮ ਜਾਂ ਰਾਤ ਤੱਕ ਕੀ ਮੌਸਮ ਪੰਜਾਬ ਰਹੇਗਾ। ਸੋ ਜਿਵੇਂ ਕਿ ਕੱਲ੍ਹ ਦੀ ਅਪਡੇਟ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਦਾ ਮੌਸਮ ਅੱਜ ਸਵੇਰ ਦੇ ਪਹਿਲੇ ਘੰਟੇ ਤੋਂ ਥੋੜ੍ਹਾ ਬਹੁਤ ਬਦਲੇਗਾ, ਬੱਦਲਬਾਈ ਪੰਜਾਬ ਉੱਪਰ ਦੀ ਗੁਜਰੇਗੀ। ਅਤੇ ਅੱਜ ਗੱਲ ਕਰੀਏ ਤਾਂ ਲਗਭਗ ਜਿਹੜਾ 11-12 ਵਜੇ ਦੇ ਆਸ ਪਾਸ ਤੋਂ ਬੱਦਲਬਾਈ ਪੰਜਾਬ ਦੇ ਥੋੜ੍ਹੀ ਜਿਹੀ ਦਰਮਿਆਨੀ ਤੋਂ ਸੰਘਣੀ ਦੇਖਣ ਨੂੰ ਮਿਲੂਗੀ। ਜਿਹੜੇ ਸਰਹੱਦੀ ਜ਼ਿਲ੍ਹੇ ਹੋਣਗੇ, ਪੱਛਮੀ ਖੇਤਰ ਪੰਜਾਬ ਦਾ, ਉਹਨਾਂ ਹਿੱਸਿਆਂ ਵਿੱਚ ਸਵੇਰ ਤੋਂ ਪਹਿਲੇ ਘੰਟਿਆਂ ਤੋਂ ਹੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਅਤੇ ਆਉਂਦੇ ਘੰਟਿਆਂ ਵਿੱਚ ਦਰਮਿਆਨੀ ਬੱਦਲਬਾਈ ਦੇਖਣ ਨੂੰ ਮਿਲੇਗੀ। ਹਾਲਾਂਕਿ ਜਿਹੜੇ ਪੂਰਬੀ ਖੇਤਰ ਨੇ ਉਹਨਾਂ ਭਾਗਾਂ ਵਿੱਚ ਅਗਲੇ 2-4 ਘੰਟਿਆਂ ਬਾਅਦ ਜਾਣੀ ਕਿ ਦੁਪਹਿਰ ਤੋਂ ਬਾਅਦ ਬੱਦਲਬਾਈ ਦਾ ਦੌਰ ਦੇਖਣ ਨੂੰ ਮਿਲੇਗਾ। ਸੋ ਇਹ ਬੱਦਲਬਾਈ ਦਰਮਿਆਨੀ ਹੋ ਸਕਦੀ ਹੈ, ਕੁਝ ਖੇਤਰਾਂ ਵਿੱਚ ਧੁੱਪ ਬਿਲਕੁਲ ਖਤਮ ਹੋ ਸਕਦੀ ਹੈ, ਜਿਹਦੇ ਚੱਲਦੇ ਕੁਝ ਥੋੜ੍ਹਾ ਜਿਹਾ ਟੈਂਪਰੇਚਰ 1-2 ਡਿਗਰੀ ਘਟਣ ਦੀ ਸੰਭਾਵਨਾ ਬਣੀ ਹੋਈ ਹੈ। ਪਰ ਇਹ ਬੱਦਲਬਾਈ ਜਾਂ ਸਿਸਟਮ ਦੀ ਗੱਲ ਕਰੀਏ, ਕਿਸੇ ਤਰ੍ਹਾਂ ਦਾ ਕੋਈ ਮੀਂਹ ਵਾਲੇ ਬੱਦਲ ਨਹੀਂ ਹਨ ਫਿਲਹਾਲ, ਇਹਦੇ ਚੱਲਦੇ ਕੋਈ ਮੌਸਮ ਦੇ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਲਗਭਗ ਘੱਟ ਹੈ, ਘੱਟ ਹੀ ਨਜ਼ਰ ਆ ਰਹੀ ਹੈ। ਪਰ ਹਵਾਵਾਂ ਥੋੜ੍ਹੀਆਂ ਪੱਛਮ ਉੱਤਰ ਦਿਸ਼ਾ ਤੋਂ ਥੋੜ੍ਹੀ ਜਿਹੀ ਤੇਜ਼ ਰਫ਼ਤਾਰ ਜ਼ਰੂਰ ਫੜ ਸਕਦੀ ਨੇ ਇਸ ਬੱਦਲਬਾਈ ਦੇ ਚੱਲਦੇ। ਪਰ ਇਹਨਾਂ ਬੱਦਲਾਂ ਕਰਕੇ ਕਿਸੇ ਤਰ੍ਹਾਂ ਦੀ ਕੋਈ ਗਰਜ ਚਮਕ ਜਾਂ ਭਾਰੀ ਮੀਂਹ ਦੇ ਹਾਲਾਤ ਫਿਲਹਾਲ ਨਹੀਂ ਹੋਣਗੇ। ਥੋੜ੍ਹੀ ਬਹੁਤ ਹੋ ਸਕਦਾ ਕਿ ਹਲਕੇ ਫੁਲਕੇ ਮੀਂਹ ਦੇ ਛਿੱਟੇ ਜਾਂ ਛਰਾਟੇ ਕੁਝ ਥੋੜ੍ਹੇ ਬਹੁਤ ਛੋਟੇ ਮੋਟੇ ਇਲਾਕਿਆਂ ਵਿੱਚ ਜ਼ਰੂਰ ਦੇਖਣ ਨੂੰ ਮਿਲ ਸਕਦੇ ਨੇ। ਅਜਿਹੀਆਂ ਛੋਟੇ ਮੋਟੀਆਂ ਕਾਰਵਾਈਆਂ ਮੌਸਮ ਦੀਆਂ ਹੋ ਸਕਦੀਆਂ ਨੇ, ਪਰ ਕੋਈ ਜ਼ਿਆਦਾ ਤਕੜੀ ਮੀਂਹ ਦੀ ਸੰਭਾਵਨਾ ਨਹੀਂ ਹੈ। ਮੌਸਮ ਫਿਲਹਾਲ ਠੀਕ ਠਾਕ ਹੈ, 10-15% ਸਾਰ ਨੇ ਕਿ ਕੁਝ ਖੇਤਰਾਂ ਵਿੱਚ ਬੱਦਲਬਾਈ ਆਵਾਜਾਈ ਦੌਰਾਨ ਕੁਝ ਖੇਤਰਾਂ ਵਿੱਚ ਹਲਕੇ ਫੁਲਕੇ ਮੀਂਹ ਦੇ ਛਿੱਟੇ ਜਾਂ ਕਣ ਮਣਕ ਦੇ ਸਕਦੇ ਨੇ। ਬਾਕੀ ਇਹ ਬੱਦਲਬਾਈ ਦਾ ਦੌਰ ਲਗਭਗ ਅੱਜ ਹੁਣ ਸ਼ੁਰੂ ਹੋ ਜਾਵੇਗਾ, 10-11 ਵਜੇ ਤੋਂ ਲੈ ਕੇ ਅਗਲੇ 5 ਤੋਂ 8-10 ਘੰਟੇ, ਜਾਣੀ ਕਿ ਕਹਿ ਦਈਏ ਵੀ ਰਾਤ ਤੱਕ ਇਹ ਬੱਦਲਾਂ ਦੀ ਜਿਹੜੀ ਆਵਾਜਾਈ ਆ ਪੰਜਾਬ ਉੱਪਰ ਦੀ ਹੁੰਦੀ ਰਹੇਗੀ, ਅਤੇ ਜਿਹਦੇ ਚੱਲਦੇ ਅੱਜ ਮੌਸਮ ਜਿਹੜਾ ਦਿਨ ਦੇ ਵੇਲੇ ਲਗਭਗ ਜ਼ਿਆਦਾਤਰ ਬੱਦਲਬਾਈ ਵਾਲਾ ਹੀ ਬਣਿਆ ਰਹੂਗਾ। ਟੈਂਪਰੇਚਰ ਦਿਨ ਦੇ ਥੋੜ੍ਹੇ ਬਹੁਤ 2-4 ਡਿਗਰੀ ਘੱਟ ਕੇ ਲਗਭਗ 35 ਤੋਂ 34 ਡਿਗਰੀ ਦੇ ਆਸ ਪਾਸ ਰਹਿਣਗੇ। ਜਿਹੜੇ ਟੈਂਪਰੇਚਰ 36, 37, 38 ਤੱਕ ਪਹੁੰਚ ਰਹੇ ਸੀ ਉਹ 2-3 ਡਿਗਰੀ ਡਾਊਨ ਰਹਿਣਗੇ ਅੱਜ। ਬਾਕੀ ਰਾਤ ਦੀ ਅਪਡੇਟ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਸੋ ਉਦੋਂ ਤੱਕ ਲਈ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ।